ਜਦੋਂ ਦੀ ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਸੰਭਾਲੀ ਹੈ, ਹਰ ਵਿਭਾਗ ਦੀ ਕਾਰਗੁਜ਼ਾਰੀ ਦਾ ਗ੍ਰਾਫ ਹੇਠਾਂ ਵਾਲੀ ਜਾ ਰਿਹਾ। ਪੰਜਾਬ ਦੀਆਂ ਜੇਲ੍ਹਾਂ ਦੀ ਵਿਵਸਥਾ ਡਗਮਗਾਈ ਪਈ ਹੈ। ਜਿੱਥੇ ਮੁਲਾਜ਼ਮ ਵਰਗ ਧਰਨੇ ਦੇ ਰਿਹਾ, ਉੱਥੇ ਹੀ ਹਰ ਦਿਨ ਕਿਸਾਨਾਂ ਦੇ ਧਰਨਿਆਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ। ਜੇਕਰ ਸਹੀ ਮਾਇਨੇ 'ਚ ਕਿਹਾ ਜਾਵੇ ਤਾਂ ਹਰ ਪਾਸੇ ਹਾਹਾਕਾਰ ਮਚੀ ਹੋਈ ਹੈ। ਹੁਣ ਹਲਕਾ ਸ਼ਾਮ 84 ਤੋਂ ਜਲ ਸਪਲਾਈ ਵਿਭਾਗ ਦੀ ਮਾੜੀ ਕਾਰਗੁਜ਼ਾਰੀ ਸਾਹਮਣੇ ਆ ਰਹੀ ਹੈ, ਜਿੱਥੇ ਸਥਾਨਕ ਲੋਕਾਂ ਨੂੰ ਪਿਛਲੇ 20 ਦਿਨਾਂ ਤੋਂ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਾਣੀ ਦੀ ਕਿੱਲਤ ਤਾਂ ਹੈ ਹੀ, ਉਪਰੋਂ ਟੈਂਕਰਾਂ ਰਾਹੀਂ ਜੋ ਪਾਣੀ ਸਪਲਾਈ ਕੀਤਾ ਜਾ ਰਿਹਾ, ਉਹ ਟੈਂਕਰ ਮਾਲਕ ਵੱਧ ਪੈਸੇ ਉਗਰਾ ਕੇ ਲੋਕਾਂ ਨੂੰ ਲੁੱਟ ਰਹੇ ਨੇ। ਧਰਨੇ ਤੇ ਮੌਜੂਦ ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਤੱਕ ਪਾਣੀ ਦੀ ਕਿੱਲਤ ਦਾ ਹੱਲ ਨਹੀਂ ਹੋਏਗਾ, ਉਹ ਧਰਨਾ ਜਾਰੀ ਰੱਖਣਗੇ। ਮੌਕੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿਵਾਇਆ ਗਿਆ ਅਤੇ ਲੋਕਾਂ ਨੂੰ ਸ਼ਾਂਤ ਕਰਵਾਇਆ ਗਿਆ। ਕਿਤੇ ਗਏ ਆ, ਸਾਨੂੰ ਕਹਿੰਦੇ ਵੀ ਤੁਹਾਨੂੰ ਅੱਜ ਪਾਣੀ ਮਿਲ ਜਾਊਗਾ, ਤੇ ਇਹਨਾਂ ਨੇ ਜੇਈ ਸਾਹਿਬ ਨੂੰ ਆਰਡਰ ਕੀਤਾ। ਅੱਜ ਜੇਈ ਸਾਹਿਬ ਸਾਡੇ ਕੋਲ ਜਾ ਕੇ ਆਏ ਆ, ਤੇ ਉਹਨਾਂ ਨੇ ਮੋਟਰ ਕੱਢਣ ਦੀ ਯੋਜਨਾ ਕੀਤੀ ਪਰ ਮੋਟਰ ਨਹੀਂ ਨਿਕਲੀ। ਉਸ ਤੋਂ ਬਗੈਰ ਸਾਰਾ ਪਿੰਡ ਇਕੱਠਾ ਹੋ ਕੇ ਉੱਥੇ ਆਇਆ। ਉਹਨਾਂ ਨੇ ਕਹਿੰਦੇ ਮਤਾ ਪਕਾਇਆ ਵੀ ਅਸੀਂ ਪਾਣੀ ਤੋਂ ਬਗੈਰ ਬਹੁਤ ਔਖੇ ਹਾਂ, ਅਤੇ ਸਾਰਿਆਂ ਦੇ ਇਕੱਠ ਦੇ ਨਾਲ ਹੈ, ਇਕੱਲੇ ਦਾ ਕੰਮ ਨਹੀਂ। ਇਸ ਕਰਕੇ ਇਹਨਾਂ ਨੇ ਸਾਡੇ ਨਾਲ ਕੱਲ੍ਹ ਦਾ ਵਾਅਦਾ ਕੀਤਾ, ਇੱਕ ਮਿੰਟ ਨੰਘਾਉਣਾ ਸਾਨੂੰ ਪਾਣੀ ਦਾ ਔਖਾ। ਕੱਲ੍ਹ ਸਾਡੇ ਕੋਲ 25-30 ਟੈਂਕ ਘਰਾਂ ਦੇ ਵਿੱਚ ਆਏ ਆ। ਟੈਂਕਾਂ ਵਾਲਿਆਂ ਨੇ ਵੀ ਰੇਟ ਵਧਾ ਤਾ, ਪਹਿਲਾਂ 500 ਦਾ ਸੀ, ਹੁਣ 600 ਦਾ ਕਰ ਦਿੱਤਾ। ਤੇ ਗਰੀਬਾਂ ਦਾ ਫਾਇਦਾ ਉਠਾਈਏ ਨਹੀਂ ਸਰ, ਸਰਕਾਰ ਵੱਲੋਂ ਜਾਂ ਇਹਨਾਂ ਨੇ ਕੋਈ ਸਰਕਾਰ ਵੱਲੋਂ ਸਾਨੂੰ ਕੋਈ ਫਾਇਦਾ ਨਹੀਂ। ਅਸੀਂ ਸਿਰਫ ਗਰੀਬ ਬੰਦੇ ਵੋਟਾਂ ਪਾਉਣ ਤੇ ਆ, ਸਾਤੋਂ ਵੋਟਾਂ ਜਿੰਨੀਆਂ ਮਰਜ਼ੀ ਪਵਾ ਲਓ, ਸਾਡਾ ਕੰਮ ਕੋਈ ਨਹੀਂ ਕਰਦਾ ਰੱਬ ਤੋਂ ਬਿਨਾਂ, ਤੇ ਕੋਈ ਸਾਡੀ ਸੁਣਦਾ ਨਹੀਂ। ਇਹ ਇਸ ਕਰਕੇ ਇਹ ਸਰਕਾਰ ਨੂੰ ਬੇਨਤੀ ਕਰਦੇ ਆ, ਸਾਡੀ ਨਹੀਂ, ਜਿੰਨੇ ਵੀ ਗਰੀਬ ਪਿੰਡਾਂ ਦੇ ਵਿੱਚ ਪਾਣੀ ਤੋਂ ਔਖੇ, ਉਹਨਾਂ ਨੂੰ ਪਾਣੀ ਦਿੱਤਾ ਜਾਵੇ। ਅੱਜ ਅਸੀਂ 20 ਦਿਨ ਤੋਂ ਬੈਠੇ ਹਾਂ, ਅਸੀਂ ਆਪਣਾ ਟੈਂਕ ਲਿਆ ਕੇ ਆਪਣੇ ਪੈਸੇ ਖਰਚ ਕੇ ਅਸੀਂ ਆਪਣਾ ਪਾਣੀ ਭਰਾਉਂਦੇ ਹਾਂ, ਪਰ ਸਾਨੂੰ ਸਰਕਾਰ ਵੱਲੋਂ ਕੁਛ ਨਹੀਂ ਦਿੱਤਾ ਗਿਆ। ਮੇਰਾ ਨਾਮ ਸੁਰਿੰਦਰ ਕੌਰ ਹੈ, ਨਸਰਾਲਾ ਕਲੋਨੀ ਤੋਂ ਆਏ ਹਾਂ ਅਸੀਂ। ਮੇਰੇ ਭੈਣ ਭਰਾ ਆ, ਸਾਡੇ ਬਜ਼ੁਰਗ ਲੋਕ ਸਭ ਆਏ ਹੈਗੇ ਆ। ਸਾਨੂੰ ਇੰਨੀ ਪਾਣੀ ਦੀ ਸਮੱਸਿਆ ਹੈਗੀ ਆ, ਸਾਡੇ ਬੱਚੇ ਜਿਹੜੇ ਆ ਪਾਣੀ ਦੇ ਉੱਤੋਂ ਪਿਆਸੇ ਹੈਗੇ ਆ। ਅਸੀਂ ਘਰਾਂ ਦੇ ਵਿੱਚ ਟੈਂਕ ਆਪਣਾ ਮੰਗਵਾ ਦੇ ਪਏ ਆ, 600 ਰੁਪਈਏ ਦਾ, 600 ਤੋਂ ਵੀ ਹੁਣ ਉੱਪਰ ਪੈਸੇ ਦਾ ਲੱਗੇ ਹੈਗੇ ਬਣਾਉਣ, ਕਿਉਂਕਿ ਅਸੀਂ ਗਰੀਬ ਲੋਕ ਕੀ ਕਰੀਏ। ਅਸੀਂ ਵੋਟਾਂ ਇਹਨਾਂ ਨੂੰ ਦਿੱਤੀਆਂ, ਜਦੋਂ ਵੋਟਾਂ ਲੈਣ ਵਾਸਤੇ ਜਾਂਦੇ ਹੱਥ ਇੱਦਾਂ ਜੋੜਦੇ ਹੈਗੇ। ਅੱਜ ਸਾਨੂੰ ਸਮੱਸਿਆ ਪਈ ਹੈਗੀ ਆ, ਤੇ ਇਹ ਅੰਦਰ ਵੜ ਕੇ ਬੈਠੇ ਉਹ ਹੈਗੇ ਆ, ਇਹਨਾਂ ਨੂੰ ਆਪ ਨਹੀਂ ਪਤਾ ਹੈਗਾ ਵੀ ਗਰੀਬਾਂ ਦੀ ਅਸੀਂ ਮਦਦ ਕਰੀਏ ਖੁੱਲ ਕੇ। ਪਹਿਲਾਂ ਵੀ ਆਏ ਆ, ਸਾਡੇ ਬੰਦੇ ਆਏ ਹੈਗੇ ਸੀਗੇ, ਉਸ ਵੇਲੇ ਵੀ ਉਹ ਕਹਿੰਦੇ ਜੀ ਇੱਥੇ ਹੈ ਨਹੀਂ ਗਏ, ਉਹ ਬਾਹਰ ਗਏ ਹੈਗੇ। ਫਿਰ ਮਾਨੇਲੇ ਬਣਾ ਕੇ ਵਿਚਾਰੇ ਚਲੇ ਗਏ ਆਪਣੇ ਘਰ ਨੂੰ ਚਲ ਗਏ। ਫਿਰ ਉੱਥੇ ਇਹਨਾਂ ਦੇ ਬੰਦੇ ਆਏ ਆ, ਦੋ ਅਫਸਰ ਆਏ ਸੀਗੇ, ਉਹਨਾਂ ਨੇ ਕਹਿ ਦਿੱਤਾ, ਕਹਿੰਦੇ ਜੀ ਅਸੀਂ ਪਿੰਡ ਵਾਲਿਆਂ ਦੇ ਨਾਲ ਤੁਹਾਡਾ ਸੰਪਰਕ ਕਰ ਦਿੰਦੇ ਹੈਗੇ, ਤਾਂ ਵੀ ਨਹੀਂ ਸਾਡੇ ਹਜ ਤੱਕ ਨਹੀਂ ਪਾਣੀ ਸਾਡੇ ਨਾਲ ਦੂਜਾ। ਹੁਣ ਅਸੀਂ ਆਪਣੀ ਸਮੱਸਿਆ ਲੈ ਕੇ ਫਿਰ ਇੱਥੇ ਆਏ ਹੈਗੇ, ਕਿੰਨਾ ਖਰਚ ਪਾਣੀ ਕਰਕੇ ਆਏ ਹੈਗੇ, ਫਿਰ ਤੱਕ ਨਹੀਂ ਉਹ ਬਾਹਰ ਅਫਸਰ ਆਇਆ ਹੈਗਾ ਆ। ਇਹਨਾਂ ਨੂੰ ਆਪ ਨਹੀਂ ਪਤਾ ਲੱਗਦਾ ਹੈਗਾ ਵੀ ਗਰੀਬਾਂ ਦੀ ਮਦਦ ਅਸੀਂ ਕਰੀਏ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। ਦੁਨੀਆ ਭਰ ਦੀ ਤਾਜ਼ਾ ਤਰੀਨ ਖਬਰਾਂ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਤੇ ਦਬਾਓ ਬੈਲ ਬਟਨ ਐਂਡ ਆਲਸੋ ਲਾਈਕ ਆਰ ਫੇਸਬੁੱਕ ਪੇਜ।